ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਰੂਪ ਦੀ ਐ ਰਾਣੀ ਐ ਪਰਾਂਦੇ ਨੂੰ ਸੰਭਾਲਨੀ। ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ। ਵੈਸੇ ਨਾ ਹੁਣ ਪਰਾਂਦਿਆਂ ਦਾ ਸੀਜ਼ਨ ਤਾਂ ਚਲਾ ਗਿਆ ਹੋਇਆ, ਪਰਾਂਦੇ ਕੌਣ ਪਾਉਂਦਾ, ਇਹ ਤਾਂ ਐਂਟੀਕ ਪੀਸਿਸ ਹੋ ਕੇ ਰਹਿ ਗਏ ਨੇ ਪਰਾਂਦੇ। ਪਰ ਇਹ ਹੈ ਕਿ ਅੱਜ ਕੱਲ੍ਹ ਲੇਡੀਜ਼ ਜਿਹੜੀਆਂ ਨੇ ਅਵੇਅਰ ਬਹੁਤ ਹੋ ਚੁੱਕੀਆਂ ਨੇ, ਅਤੇ ਉਹਨਾਂ ਵਾਸਤੇ ਹੀ ਅੱਜ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ ਜੀ। ਖੂਬਸੂਰਤ ਖੂਬਸੂਰਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸੰਤੋਸ਼ ਬੈਸਰਾ ਹਾਜ਼ਰ ਹੋ ਚੁੱਕੀ ਹੋਈ ਹੈ ਜੀ, ਅਤੇ ਤੁਸੀਂ ਸਮਝ ਗਏ ਹੋਣੇ ਆ ਕਿ ਮੈਂ ਕਾਲੀ ਤੇਲੀ ਗੁੱਤ ਅਤੇ ਪਰਾਂਦਾ ਤੇਰਾ ਲਾਲ ਨਹੀਂ ਕਿਹਾ ਹੈਗਾ, ਅਤੇ ਇਹ ਕਾਹਦੇ ਵਾਸਤੇ ਕਿਹਾ ਹੈ, ਕਿਉਂਕਿ ਸੀਜ਼ਨ ਚੇਂਜ ਹੋ ਰਿਹਾ ਸਾਡੇ ਇੰਡੀਆ ਦੇ ਵਿੱਚ, ਸੀਜ਼ਨਸ ਬਹੁਤ ਚੇਂਜ ਹੁੰਦੇ ਨੇ। ਅਤੇ ਜੇ ਸਰਦੀਆਂ ਹੋਵੇ ਤਾਂ ਪ੍ਰੋਬਲਮ ਵਾਲਾ ਵਾਸਤੇ, ਗਰਮੀਆਂ ਹੋਵੇ ਤਾਂ ਪ੍ਰੋਬਲਮ ਵਾਲਾ ਵਾਸਤੇ। ਅਤੇ ਗਰਮੀਆਂ ਸ਼ੁਰੂ ਹੋ ਗਈਆਂ ਨੇ, ਲੇਡੀਜ਼ ਨੂੰ ਗਰਲਸ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਵਾਲਾਂ ਦੀ ਦੇਖਭਾਲ ਕਰਨ ਵਾਸਤੇ, ਕਿਉਂਕਿ ਰਫ ਬਹੁਤ ਹੋ ਜਾਂਦੇ ਆ, ਹੈ ਨਾ। ਸੋ ਮੈਂ ਤੁਹਾਡਾ ਫਾਇਦਾ ਸੋਚਿਆ ਅੱਜ, ਪਤਾ ਸਪੈਸ਼ਲ ਮੈਂ ਅੱਜ ਰੇਨੂ ਹੁਣਾਂ ਕੋਲ ਆਈ ਹਾਂ, ਆ ਕੇ ਆਪਾਂ ਅੱਜ ਇਹ ਗੱਲਬਾਤ ਕਰਨੀ ਹੈ ਕਿ ਜਿੱਦਾਂ ਟੂ ਵੀਲਰ 'ਤੇ ਜਾਂਦੇ ਹਾਂ ਜਾਂ ਵੈਸੇ ਆਪਾਂ ਜਾਂਦੇ ਹਾਂ ਕਿਤੇ ਬਾਹਰ ਨਿਕਲਦੇ ਹਾਂ ਅਤੇ ਆਪਣੇ ਵਾਲ ਬਹੁਤ ਖਰਾਬ ਹੋ ਜਾਂਦੇ ਨੇ, ਅਤੇ ਉਹਨੂੰ ਆਪਾਂ ਸਾਂਭ ਸੰਭਾਲ ਕਿਵੇਂ ਕਰੀਏ, ਅਤੇ ਆਪਾਂ ਰੇਨੂ ਜੀ ਕੋਲ ਚੱਲਦੇ ਹਾਂ ਜੀ। ਰੇਨੂ ਜੀ ਨਮਸਕਾਰ ਜੀ, ਨਮਸਕਾਰ, ਕੀ ਹਾਲ ਚਾਲ? ਠੀਕ ਹੈ ਜੀ। ਦੇਖ ਲਓ ਅੱਜ ਅਸੀਂ ਸਪੈਸ਼ਲ ਤੁਹਾਡੇ ਕੋਲ ਆਏ ਹਾਂ। ਹਾਂਜੀ, ਥੈਂਕ ਯੂ ਜੀ। ਅਤੇ ਨਾਲ ਸਾਡੇ ਹੈ ਆਰਜ਼ੂ, ਠੀਕ ਹੈ ਜੀ। ਅਤੇ ਰੇਨੂ ਜੀ, ਮੈਂ ਉਹੀ ਗੱਲ ਜਿਹੜੀ ਦਰਸ਼ਕਾਂ ਨਾਲ ਕਰਦੀ ਪਈ ਸੀ ਕਿ ਅੱਜ ਕੱਲ੍ਹ ਜਿਵੇਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੋਇਆ, ਹੈ ਨਾ, ਅਤੇ ਵਾਲ ਵਾਕਈ ਬਹੁਤ ਰਫ ਹੋ ਜਾਂਦੇ, ਹੈ ਨਾ। ਟੂ ਵੀਲਰ 'ਤੇ ਜਾਂਦੇ ਹਾਂ ਆਪਾਂ ਅਤੇ ਕਾਫੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਵਾਲਾਂ ਦੀ, ਟੇਕ ਕੇਅਰ ਕਰਨ ਵਾਸਤੇ, ਸੰਭਾਲ ਕਰਨ ਵਾਸਤੇ, ਹੈ ਨਾ। ਹਾਂਜੀ। ਸੋ ਰੇਨੂ ਜੀ, ਦੱਸੋ ਵੀ ਆਪਾਂ ਵਾਲਾਂ ਦੀ ਦੇਖਭਾਲ ਕਿਵੇਂ ਕਰੀਏ, ਤੁਹਾਡੇ ਕੋਲ ਸਪੈਸ਼ਲੀ ਆਏ ਹਾਂ ਅੱਜ ਅਸੀਂ ਇਸ ਵਾਸਤੇ। ਹਾਂਜੀ, ਜਿੱਦਾਂ ਹੁਣ ਗਰਮੀਆਂ ਦਾ ਮੌਸਮ ਹੈਗਾ ਹੈ ਅਤੇ ਰਫ ਹੋ ਜਾਂਦੇ ਬਹੁਤ ਵਾਲ ਬੱਚਿਆਂ ਦੇ, ਬੱਚੇ ਜਾਂਦੇ ਹੈਗੇ ਐਕਟਿਵਾ ਵਗੈਰਾ 'ਤੇ ਜਾਂਦੇ ਹੈਗੇ, ਬੜੇ ਰਫ ਹੋ ਜਾਂਦੇ ਹੈਗੇ, ਓਇਲ ਲਗਾਉਂਦੇ ਨਹੀਂ ਹੈਗੇ, ਓਇਲ ਲਗਾਉਣਾ ਪਸੰਦ ਹੀ ਨਹੀਂ ਕਰਦੇ ਹੈਗੇ ਬੱਚੇ, ਠੀਕ ਹੈ। ਉਹਨਾਂ ਵਾਸਤੇ ਬੈਸਟ ਹੈਗਾ ਵੀ ਤੁਸੀਂ ਕੈਰੇਟਿਨ ਕਰੋ, ਪਰ ਜਿਨ੍ਹਾਂ ਦੇ ਫਰੀਜ਼ੀ ਵਾਲ, ਅੱਛਾ, ਜਿਨ੍ਹਾਂ ਦੇ ਸਮੂਥ ਵਾਲ ਹੈਗੇ ਆ, ਉਹ ਬਿਲਕੁਲ ਨਹੀਂ ਕੈਰੇਟਿਨ ਕਰਦੇ। ਹਾਂਜੀ ਹਾਂਜੀ, ਜਿਨ੍ਹਾਂ ਦੇ ਰਫ ਹੈਗੇ, ਹਾਂ, ਰਫ ਜਿੱਦਾਂ ਹਿਨਾ ਕਿਸੇ ਨੇ ਕੀਤੀ ਹੈਗੀ ਆ, ਕਲਰ ਕੀਤਾ ਹੋਇਆ ਬਹੁਤ ਜ਼ਿਆਦਾ, ਮਤਲਬ ਕਿ ਕਲਰ ਕੀਤਾ ਹੈਗਾ, ਆਪਣੇ ਹਾਈਲਾਈਟ ਕਰਵਾਏ ਹੈਗੇ ਆ, ਉਹਨਾਂ ਦੇ ਰਫ ਵਾਲ ਹੋ ਜਾਂਦੇ ਹੈਗੇ, ਉਹਨਾਂ ਵਾਸਤੇ ਬੈਸਟ ਮਤਲਬ ਕਿ ਕੈਰੇਟਿਨ ਹੈਗੀ। ਇਹਨਾਂ ਦਾ ਅਸੀਂ ਪਹਿਲਾਂ ਹੈਡ ਵਾਸ਼ ਕਰਵਾਤਾ ਹੋਇਆ ਹੈਗਾ, ਹਾਂਜੀ, ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਤੇ ਕਰੀਮ ਕੈਰੇਟਿਨ ਦੀ ਜਿਹੜੀ ਹੈਗੀ ਉਹ ਅਪਲਾਈ ਕਰਾਂਗੇ। ਕੈਰੇਟਿਨ ਜਿਹੜੀ ਕਰੀਮ ਹੈ, ਮੇਰੇ ਕੋਲ ਉੱਚ ਕਹਿੰਦੇ ਪ੍ਰੋਟੀਨ ਕਾਫੀ ਜ਼ਿਆਦਾ ਹੁੰਦਾ, ਹਨਾ। ਹਾਂਜੀ, ਉਹ ਪ੍ਰੋਟੀਨ ਫਿਰ ਜਦੋਂ ਖਤਮ ਹੋ ਜਾਂਦਾ ਵਾਲਾਂ ਦੇ ਵਿੱਚ, ਉਹ ਤਾਂ ਰਫ ਹੋ ਜਾਂਦੇ ਵਾਲ ਆਪਣੇ ਸਾਰੇ, ਤੇ ਇਹ ਪ੍ਰੋਟੀਨ ਆਰਟੀਫਿਸ਼ੀਅਲ ਜਿੱਦਾਂ ਪ੍ਰੋਟੀਨ ਹੈ ਨਾ, ਉਹ ਆਪਾਂ ਵਾਲਾਂ ਦੇ ਵਿੱਚ ਮਤਲਬ ਕਿ ਕਰਦੇ ਹੈਗੇ, ਬਿਲਕੁਲ ਬਿਲਕੁਲ, ਖਾਂਦੇ ਹਾਂ ਬਿਲਕੁਲ, ਹਾਂਜੀ, ਵਾਲਾਂ ਨੂੰ ਲਗਾਉਂਦੇ। ਹਾਂਜੀ ਹਾਂਜੀ, ਓਕੇ, ਪਹਿਲਾ ਸਟੈਪ ਕੀ ਹੋਏਗਾ ਆਪਾਂ ਸ਼ੈਂਪੂ ਤੇ ਕਰ ਲਿਆ? ਹਾਂਜੀ, ਪਹਿਲਾਂ ਆਪਾਂ ਸੈਕਸ਼ਨ ਬਾਈ ਸੈਕਸ਼ਨ ਹੈ ਨਾ, ਇਹਨਾਂ ਦਾ ਕਰਾਂਗੇ ਅੱਗੇ ਹੋਏ ਪਤਾ। ਵੈਰੀ ਗੁੱਡ, ਓਕੇ, ਥੈਂਕ ਯੂ, ਲਓ ਜੀ, ਮੈਂ ਵੀ ਤੁਹਾਡੀ ਹੈਲਪ ਕਰਾਉਣੀ ਹੈ ਨਾਲ ਨਾਲ, ਓਕੇ।
ਵੈਸੇ ਆਰਜ਼ੂ ਦੇ ਵਾਲਾਂ ਦਾ ਟੈਕਸਚਰ ਤਾਂ ਠੀਕ ਹੈ ਬਟ ਥੋੜੇ ਰਫ ਹੋਏ ਹੋਏ ਆ ਹਨਾ? ਨਹੀਂ, ਇਹਨਾਂ ਦੇ ਰਫ ਬਹੁਤ ਵਾਲ ਸੀਗੇ, ਹੁਣ ਸ਼ੈਂਪੂ ਤੋਂ ਬਾਅਦ ਥੋੜਾ ਜਿਹਾ ਇਹਨਾਂ ਦਾ ਸੈੱਟ ਹੋਇਆ ਹੈਗਾ, ਗਿੱਲੇ ਵਾਲਾਂ ਦਾ ਨਹੀਂ ਪਤਾ। ਹਾਂਜੀ ਓਕੇ, ਚਲੋ ਹੁਣ ਅਸੀਂ ਇਹਦੀ ਡਿਜ਼ਾਈਨ ਸੈਕਸ਼ਨ ਕਰਾਂਗੇ ਹਨਾ। ਉਸ ਤੋਂ ਬਾਅਦ ਮਿਕਸਿੰਗ ਕਰ ਲੈਣੀ, ਬਿਲਕੁਲ ਥੋੜੀ 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 ਲਗਾਉਣੀ ਹੈਗੀ। ਹਾਂਜੀ, ਇਹ ਨਹੀਂ ਵੀ ਜ਼ਿਆਦਾ ਬ੍ਰਸ਼ ਨੂੰ ਭਰ ਭਰ ਕੇ ਲਗਾਉਣਾ ਹੈਗਾ, ਇੱਦਾਂ ਦੇ ਕੋਈ ਨਹੀਂ ਹੈ। ਠੀਕ ਹੈ, ਇਹਨੂੰ ਲਗਾ ਕੇ ਤੇ ਉਸ ਤੋਂ ਬਾਅਦ ਇਹ ਛੱਡਣਾ ਹੈਗਾ, ਆਪਾਂ 45 ਮਿੰਟ ਛੱਡਣਾ ਹੈਗਾ ਇਹਨਾਂ। ਹਾਂਜੀ, ਇਹਦੇ ਨਾਲ ਫਿਰ ਸਮੂਥਨੈਸ ਹੋਊਗੀ ਹਨਾ। ਹਾਂਜੀ, ਵਾਲਾਂ 'ਚ ਵਾਓ ਵਾਓ, ਅੱਜ ਕੱਲ੍ਹ ਕਈ ਕੁਛ ਚੱਲ ਪਿਆ ਆ। ਹਾਂਜੀ, ਪਹਿਲਾਂ ਤਾਂ ਇੱਦਾਂ ਨਹੀਂ ਸੀ ਹੁੰਦਾ, ਪਹਿਲਾਂ ਲੇਡੀਜ਼ ਤੇਲ ਲਾ ਦਿੰਦੀਆਂ ਸੀ ਹਨਾ, ਚੱਲ ਜਾਂਦਾ ਸੀ ਉਹਦੇ ਨਾਲ ਹੀ ਹਨਾ। ਅੱਛਾ, ਇੱਦਾਂ ਛੋਟੇ ਛੋਟੇ ਸੈਕਸ਼ਨਸ ਕਰਨੇ ਆ ਆਪਾਂ, ਬਿਲਕੁਲ, ਅਤੇ ਉਹਦੇ 'ਤੇ ਅਪਲਾਈ ਕਰੀ ਜਾਣਾ। ਲਿਆਓ, ਇੱਧਰੋਂ ਮੈਂ ਫੜਦੀ ਹਾਂ ਨਾਲ ਤੁਹਾਡੇ, ਮੈਂ ਪੂਰੀ ਹੈਲਪ ਕਰਾਉਣੀ ਪਈ ਹਾਂ, ਦੇਖ ਲਓ ਹੈ ਨਾ, ਅਸਿਸਟੈਂਟ ਵੀ ਬਣੀ ਹੋਈ ਹੈ ਤੁਹਾਡੀ। ਬਿਲਕੁਲ ਜੀ, ਇਹ ਜਦੋਂ ਤੁਸੀਂ ਲਾਉਂਦੇ ਹੋ ਇਹ ਕਿੰਨੀ ਦੇਰ 'ਚ ਕੰਪਲੀਟ ਹੋ ਜਾਂਦਾ ਪ੍ਰੋਸੈਸ ਇਹ ਲਾਉਣ ਦਾ? ਇਹ ਆਪਾਂ ਨੂੰ ਅੱਧਾ ਘੰਟਾ ਤਾਂ ਲੱਗ ਜਾਂਦਾ ਹੈਗਾ ਆ ਇਹ ਲਗਾਉਣ ਨੂੰ, ਕਰੀਮ ਲਗਾਉਣ ਨੂੰ। ਓਕੇ, ਹਾਂਜੀ, ਅਤੇ ਉਸ ਤੋਂ ਬਾਅਦ? ਉਸ ਤੋਂ ਬਾਅਦ ਫਿਰ ਆਪਾਂ 45 ਮਿੰਟ ਇਹਨਾਂ ਨੂੰ ਛੱਡਣਾ ਹੈਗਾ ਆ ਲਾ ਕੇ। ਹਾਂਜੀ, ਲਗਾ ਕੇ ਛੱਡਣਾ, ਫਿਰ ਡਰਾਇਰ ਕਰਨਾ ਆਪਾਂ। ਅੱਛਾ, ਡਰਾਇਰ ਕਰਕੇ ਉਸ ਤੋਂ ਬਾਅਦ ਫਿਰ ਪ੍ਰੈਸਿੰਗ ਹੋ ਗਈ ਇਹਨਾਂ ਦੀ। ਅੱਛਾ, ਹਾਂਜੀ, ਇੱਦਾਂ ਹੁਣ ਤੁਸੀਂ ਵਾਲ ਬੰਨ ਦੋਗੇ? ਹਾਂਜੀ, ਵਾਲ ਬੰਨਦੇ ਨੇ। ਓਕੇ, ਕਲਚਰ ਦੇ ਮਾਨ ਇਹਦੇ ਉੱਤੇ? ਹਾਂਜੀ, ਓਕੇ, ਇਹਦੇ ਉੱਤੇ ਆਪਾਂ ਸ਼ਾਵਰ ਕੈਪ ਚੜਾ ਦਾਨੀ ਹੈ। ਓਕੇ, ਹਾਂਜੀ, ਆ ਕਲਚਰ ਹਨਾ, ਆ ਤਾਂ ਨਹੀਂ ਚਾਹੀਦਾ? ਨਹੀਂ ਨਹੀਂ। ਓਕੇ, ਲਓ ਜੀ ਸ਼ਾਵਰ ਕੈਪ, ਇਹ ਹੁਣ ਅਸੀਂ ਵਾਲਾਂ 'ਤੇ ਚੜਾ ਦੇਣੀ ਇੱਦਾਂ ਕਰਕੇ ਹੈ। ਓਕੇ, ਗ੍ਰੇਟ, ਕੀ ਬਾਤ ਹੈ। ਇਸ ਤੋਂ ਬਾਅਦ ਆਪਾਂ ਡਰਾਇਰ ਕਰਨਾ ਹੈਗਾ। ਓਕੇ, ਹਾਂਜੀ, ਅਤੇ ਮੈਂ ਉੱਧਰ ਆਵਾਂ? ਹਾਂਜੀ। ਓਕੇ, ਤੁਸੀਂ ਇਹ ਇੱਧਰ ਆਓ ਜੀ, ਆਪਾਂ ਫਿਰ ਆਪਣੀ ਜਗ੍ਹਾ ਚੇਂਜ ਕਰੀਏ ਇੱਥੇ, ਹੈ ਨਾ ਜੀ। ਲਓ ਜੀ, ਖੁੱਲ ਜਾ ਸਿਮ ਸਿਮ ਵਾਲਾ। ਲਓ ਜੀ, ਕਲਿੱਪ ਮੈਂ ਖੋਲ੍ਹ ਦਿੱਤਾ ਅਤੇ ਹੁਣ ਹੋਊਗਾ ਡਰਾਇਰ। ਹਾਂਜੀ, ਯੂਜ਼ ਹੈ ਡਰਾਇਰ ਯੂਜ਼। ਓਕੇ, ਹੋ ਗਏ ਡਰਾਈ? ਹਾਂਜੀ। ਅੱਛਾ, ਹੁਣ ਆਪਾਂ ਇਹਨੂੰ ਪੈਡਲ ਬ੍ਰਸ਼ ਦੇ ਨਾਲ ਬਿਲਕੁਲ ਸਟ੍ਰੇਟ ਕਰਾਂਗੇ ਤਾਂ ਕਿ ਥੋੜਾ ਗਿੱਲੇ ਨਾ ਰਹਿਣ ਵਾਲ। ਓਕੇ, ਹਾਂਜੀ, ਮਤਲਬ ਜਿਹੜੇ ਥੋੜੇ ਬਹੁਤੇ ਵੀ ਗਿੱਲੇ ਹੋਣਗੇ ਉਹ ਸੁੱਕ ਜਾਣਗੇ। ਓਕੇ, ਗ੍ਰੇਟ, ਲਓ ਜੀ। ਮਤਲਬ ਤੁਹਾਡੇ ਕਹਿਣ ਦਾ ਇਹਨੂੰ ਆਪਾਂ ਪ੍ਰੋਪਰ ਸੁਕਾ ਪ੍ਰੋਪਰ ਸੁਕਾਉਣਾ ਹੈ? ਹਾਂਜੀ। ਅੱਛਾ, ਪਹਿਲਾਂ ਆਪਾਂ ਕੋਲ ਦੇ ਨਾਲ ਕੀਤਾ ਸੀਗਾ ਇਹਨੂੰ ਤੇ ਆਪ ਥੋੜਾ ਮੀਡੀਅਮ ਕਰਕੇ ਫਿਰ ਸੁਕਾਉਣਾ ਡਰਾਈ। ਓਕੇ,
ਇਧਰਲੀ ਸਾਈਡ ਹੋ ਗਈ ਆਪਣੀ, ਹੈ ਨਾ? ਆਪਾਂ ਦੂਸਰੀ ਸਾਈਡ ਕਰਾਂਗੇ ਹੁਣ। ਓਕੇ ਓਕੇ, ਇੱਧਰ ਵਾਲੀ ਸਾਈਡ, ਹਾਂਜੀ ਹਾਂਜੀ। ਮੈਂ ਇੱਧਰ ਆਵਾਂ? ਹਾਂਜੀ। ਓਕੇ, ਆ ਜਾਓ ਆ ਜਾਓ। ਵੈਸੇ ਨਾ ਜਿਵੇਂ ਤੁਸੀਂ ਕਰ ਰਹੇ ਹੋ ਬ੍ਰਸ਼ ਯੂਜ਼ ਕਰ ਕੇ ਕਰ ਰਹੇ ਹੋ ਤੇ ਬਾਉਂਸ ਆਉਂਦਾ ਪਿਆ ਵਾਲਾ 'ਚ, ਹੈ ਨਾ? ਹਾਂਜੀ ਬਿਲਕੁਲ, ਸ਼ਾਈਨ ਆ ਰਹੀ ਹੈ ਨਾ। ਹਾਂ, ਔਰ ਬਾਉਂਸ ਵੀ ਆ ਰਿਹਾ। ਹਾਂਜੀ ਹਾਂਜੀ ਹਾਂਜੀ। ਹੁਣ ਆਪਾਂ ਇਹਦੀ ਕਰਾਂਗੇ ਪ੍ਰੈਸਿੰਗ, ਸੇਮ ਆਪਾਂ ਥੋੜੇ ਥੋੜੇ ਸੈਕਸ਼ਨ ਲੈਣੇ। ਹਾਂਜੀ। ਇੱਦਾਂ ਮਤਲਬ ਛੋਟਾ ਛੋਟਾ ਸੈਕਸ਼ਨ, ਹੈ ਨਾ? ਓਕੇ ਗ੍ਰੇਟ। ਪਿੱਛੋਂ ਵੀ ਦੋ ਪਾਰਟ ਕਰ ਲੈਣੇ ਇਹਦੇ, ਅੱਗਿਓ ਵੀ। ਹਾਂ, ਜਦੋਂ ਰਫ ਹੇਅਰ ਹੋਣ ਤਾਂ ਫਿਰ ਔਕੇ, ਜਦੋਂ ਸਮੂਥ ਹੋ ਜਾਂਦੇ ਬਲਕਿ ਇੱਦਾਂ ਲੱਗਦਾ ਵਾਲ ਲੰਬੇ ਵੀ ਹੋ ਗਏ। ਬਿਲਕੁਲ ਜੀ, ਲੈਂਥ ਨਿਕਲ ਆਉਂਦੀ ਹੈ। ਹਾਂ ਬਿਲਕੁਲ, ਹਾਂਜੀ। ਡ੍ਰੈਸਿੰਗ ਵਾਸਤੇ ਬਹੁਤ ਛੋਟੇ ਛੋਟੇ ਸੈਕਸ਼ਨਸ ਲੈ ਰਹੇ ਹੋ, ਹੈ ਨਾ? ਬਿਲਕੁਲ ਜੀ। ਓਕੇ, ਆਪਾਂ ਹੁਣ 220 ਤੇ ਕਰ ਲਈ ਪ੍ਰੈਸਿੰਗ। ਅੱਛਾ, ਅਤੇ ਬਸ ਇੱਦਾਂ ਥੋੜ੍ਹੇ ਥੋੜ੍ਹੇ ਸੈਕਸ਼ਨ ਲੈ ਕੇ। ਅੱਛਾ, ਹਾਂਜੀ। 220 ਤੇ ਕੀਤੀ ਆਪਾਂ? ਬਿਲਕੁਲ ਜੀ, ਹਾਂਜੀ। ਓਕੇ ਗ੍ਰੇਟ। ਸਾਡਾ ਇੱਕ ਸੈਕਸ਼ਨ ਜਿਹੜਾ ਹੈ ਉਹ ਵੀ, ਅਸਲ 'ਚ ਮਤਲਬ ਇਹ ਹੈ ਕਿ ਜਿਹੜੀ ਪ੍ਰੈਸਿੰਗ ਵੀ ਹੈ ਇਹ ਵੀ ਬਹੁਤ ਟਾਈਮ ਲੈਂਦੀ ਹੈ, ਹੈ ਨਾ? ਜਿਵੇਂ ਛੋਟੇ ਛੋਟੇ ਸੈਕਸ਼ਨਸ ਕਰੋਗੇ ਤਾਂ ਕਾਫੀ ਇਹਨੂੰ ਤਕਰੀਬਨ ਘੰਟਾ ਲੱਗ ਹੀ ਜਾਂਦਾ ਫਿਰ ਵੀ, ਹੈ ਨਾ? ਹਾਂਜੀ, ਪ੍ਰੈਸਿੰਗ ਕਰਨ। ਹਾਂਜੀ, ਪ੍ਰੈਸਿੰਗ ਕਰਨ ਨੂੰ। ਓਕੇ, ਕਾਫੀ ਸਮੂਥ ਹੋ ਗਿਆ, ਹੈ ਨਾ? ਹਾਂਜੀ, ਅਤੇ ਹਾਲੇ ਤਾਂ ਜਦੋਂ ਆਪਾਂ ਇਹਨੂੰ ਹੈਡ ਵਾਸ਼ ਲਵਾਂਗੇ ਆਪਾਂ, ਫਿਰ ਤਾਂ ਹੋਰ ਵੀ ਵਧੀਆ ਹੋ ਜੂਗੇ, ਹੈ ਨਾ? ਵਾਹ, ਕਿਆ ਬਾਤ ਹੈ। ਐਵੇਂ ਨਹੀਂ ਸਾਰੇ ਕਹਿੰਦੇ ਕੈਰੇਟਨ ਕਰਾਉਣੀ ਆ। ਇਹਦੇ ਵੀ ਆਪਾਂ ਛੋਟੇ ਛੋਟੇ ਪੋਰਸ਼ਨਸ ਬਣਾਵਾਂਗੇ, ਹੈ ਨਾ? ਹਾਂਜੀ। ਇਹ ਆਪਣੇ ਆਪ ਵੀ ਹੋ ਜਾਂਦਾ, ਮਤਲਬ ਆਪਾਂ ਜੇ ਆਪ ਕਰਨੇ ਹੁਣ ਆਪ, ਮਤਲਬ ਇਹ ਤਾਂ ਨਹੀਂ, ਆਪ ਨਹੀਂ ਤੁਸੀਂ ਕਰ ਸਕਦੇ, ਹੈ ਨਾ? ਇਹ ਮਤਲਬ ਕੋਈ ਨਾ ਕੋਈ ਚਾਹੀਦਾ, ਮਤਲਬ ਇਕੱਲਾ ਬੰਦਾ, ਕਿਉਂਕਿ ਵਾਕਈ ਪਿੱਛੋਂ ਆਪਣੇ ਕੋਲੋਂ ਬਲੋਰ ਨਹੀਂ ਯੂਜ਼ ਹੋਣਾ ਪ੍ਰੋਪਰ, ਪਿੱਛੋਂ ਪ੍ਰੈਸਿੰਗ ਵੀ ਨਹੀਂ ਯੂਜ਼ ਹੋਣੀ, ਹਾਂਜੀ, ਹੈ ਨਾ? ਔਰ ਪਤਾ ਨਹੀਂ ਲੱਗਣਾ ਕਿਹੜੇ ਵਾਲ ਨੂੰ ਕੈਰੇਟਿਨ ਮਿਲੀ ਹੈ, ਕਿਹੜੇ ਨੂੰ ਨਹੀਂ ਮਿਲੀ, ਹੈ ਨਾ? ਮੈਨੂੰ ਲੱਗਦਾ ਹੁਣ ਬਸ ਲਾਸਟ ਹੈ, ਹੈ ਨਾ? ਹਾਂਜੀ, ਇੱਕੋ ਹੀ ਸੈਕਸ਼ਨ ਰਹਿ ਗਿਆ ਆਪਣਾ, ਸਬ ਸੈਕਸ਼ਨ। ਓਕੇ, ਡਨ ਹੋ ਗਏ ਸਾਰੇ, ਹੈ ਨਾ? 1 and 1। ਬਹੁਤ ਸੋਹਣੀ ਲੁੱਕ ਆ ਰਹੀ ਹੈ, ਹੈ ਨਾ? ਹਾਂਜੀ, ਸਿਲਕੀ ਜਿਹੀ। ਓਕੇ ਬਈ, ਕੈਰੇਟੀਨ 'ਚ ਜਾਦੂ ਹੈਗਾ। ਹਾਂਜੀ, ਹੁਣ ਆਪਾਂ ਇਹਨਾਂ ਦੇ ਸਿਰਮ ਲਗਾਵਾਂਗੇ। ਅੱਛਾ, ਸਿਰਮ ਵੀ ਲਾਉਣਾ? ਹਾਂਜੀ। ਓਕੇ, ਕਿਹੜਾ ਸਿਰਮ ਹੈ? ਪਿੱਛੇ ਵਾਈਟ? ਨਹੀਂ, ਪਿੱਛੇ। ਓਕੇ ਓਕੇ ਓਕੇ,
ਲਓ ਜੀ ਸਿਰਮ ਲਿਆ ਉਦਾਂ ਵਾਲ ਕਈ ਵਾਰੀ ਇੱਦਾਂ ਕਰਦੇ ਨਾ ਕਿ ਫੁਲਕਾ ਖਾ ਲੈਂਦੇ ਇਕੱਲਾ ਅਜੇ ਪੂਰੀਆਂ ਇਹ ਵੋ ਛੋਲੇ ਸਭ ਕੁਛ ਮਿਲਦੇ ਪਏ ਆ ਹਨਾ ਓਕੇ ਸੋ ਸਿਰਮ ਦੇ ਨਾਲ ਹੋਰ ਸ਼ਾਈਨ ਆ ਗਈ ਵਾਲਾਂ ਦੇ ਵਿੱਚ ਹਨਾ ਵਾਕਈ ਜੀ ਜਿੰਨੀ ਡਲਨੈਸ ਸੀ ਹਨਾ ਸਾਰੀ ਖਤਮ ਹੋ ਗਈ ਔਰ ਜਿਵੇਂ ਕਿਤੋਂ ਕਿਤੋਂ ਦੋ ਮੂਹੇ ਜਿਹੇ ਵਾਲ ਲੱਗਦੇ ਸੀ ਉਹ ਵੀ ਖਤਮ ਹੋ ਗਏ ਬਿਲਕੁਲ ਸਟਰੇਟ ਹੋ ਗਏ ਵਾਲ ਔਰ ਮੈਨੂੰ ਪਤਾ ਕੀ ਸੀਗਾ ਕਿ ਆਰਜ਼ੂ ਦੇ ਵਾਲ ਇੰਨੇ ਨੇ ਬਟ ਇਹ ਤਾਂ ਇੱਥੋਂ ਤੱਕ ਆ ਗਏ ਸੋ ਜੀ ਅੱਜ ਤੁਹਾਨੂੰ ਆਪਾਂ ਦੱਸਿਆ ਕਿ ਗਰਮੀਆਂ ਦੇ ਵਿੱਚ ਜਦੋਂ ਵਾਲ ਸੱਚੀ 'ਚ ਰਫ ਹੋ ਜਾਂਦੇ ਨੇ ਅਤੇ ਉਹਨੂੰ ਆਪਾਂ ਕਿੱਦਾਂ ਸੰਭਾਲ ਕਰਨੀ ਹੈ ਉਹ ਵੀ ਪਤਾ ਲੱਗ ਗਿਆ ਕੈਰੇਟਿਨ ਜਿੱਦਾਂ ਆਪਾਂ ਕਰਦੇ ਹਾਂ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਕਿ ਕੈਰੇਟਿਨ ਦੀ ਫਾਈਨਲ ਲੁੱਕ ਕੀ ਹੁੰਦੀ ਹੈ ਵਾਲ ਕਿਹੋ ਜਿਹੇ ਲੱਗਦੇ ਆ ਅਤੇ ਤੁਸੀਂ ਹੁਣ ਤੱਕ ਸਾਰਾ ਐਪੀਸੋਡ ਸਾਡਾ ਦੇਖ ਲਿਆ ਅਸੀਂ ਕਿੱਦਾਂ ਕਿੱਦਾਂ ਕੀਤਾ ਸੋ ਤੁਸੀਂ ਵੀ ਟਰਾਈ ਕਰ ਸਕਦੇ ਹੋ ਜੇ ਕਿਸੇ ਨੂੰ ਘਰ ਦੇ ਵਿੱਚ ਆਉਂਦੇ ਆ ਜਾਂ ਤੁਸੀਂ ਇਹ ਤੋਂ ਸਿੱਖਿਆ ਕੁਛ ਤਾਂ ਤੁਸੀਂ ਇਹ ਸਾਰਾ ਸਮਾਨ ਲਿਆ ਕੇ ਆਪਣੇ ਘਰ ਵੀ ਟਰਾਈ ਕਰ ਸਕਦੇ ਅਤੇ ਸੋਹਣੇ ਸੋਹਣੇ ਬਣ ਸਕਦੇ ਹੋ ਆਪਣੇ ਵਾਲਾਂ ਨੂੰ ਸੋਹਣਾ ਸੋਹਣਾ ਬਣਾ ਸਕਦੇ ਅਤੇ ਰੇਨੂ ਜੀ ਦਾ ਥੈਂਕ ਯੂ ਬਣ ਜਾਂਦਾ ਥੈਂਕ ਯੂ ਸੋ ਮਚ ਰੇਨੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ